ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵਿੰਦਰ ਸਿੰਘ। ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਹੁਣ ਤੱਕ ਦੀਆਂ ਖਾਸ ਖਬਰਾਂ ਉੱਤੇ। ਝਾਰਖੰਡ ਚੋਣ ਰੈਲੀ ਵਿੱਚ ਪੀਐਮ ਮੋਦੀ ਦਾ ਭਾਸ਼ਣ, ਜੰਮੂ ਕਸ਼ਮੀਰ ਅੱਤਵਾਦੀ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਕੀਤੀ ਨਿੰਦਾ, ਕਿਹਾ ਕਸ਼ਮੀਰ ਤੇ ਹਮਲਾ ਭਾਰਤ ਦੇ ਲੋਕਤੰਤਰ ਤੇ ਹਮਲਾ। ਜੇਲ੍ਹਾਂ ਵਿੱਚ ਬੰਦ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਿਖਿਆ ਪੱਤਰ, ਸਿੱਖਾਂ ਦੀ ਤੁਰੰਤ ਰਿਹਾਈ ਦੇ ਬਾਰੇ ਵਿਚਾਰ ਕਰਨ ਦੀ ਅਪੀਲ। ਪੰਜਾਬ ਸਰਕਾਰ ਰੇਤਾ ਬਜਰੀ ਦੀਆਂ ਕੀਮਤਾਂ ਤੇ ਕਾਬੂ ਪਾਉਣ ਦੇ ਲਈ ਵਚਨਬੱਧ, 8 ਰੁਪਏ ਪ੍ਰਤੀ ਫੁੱਟ ਵੇਚਿਆ ਜਾਵੇਗਾ ਰੇਤਾ, ਟਰਾਂਸਪੋਰਟ ਕੀਮਤਾਂ ਵੀ ਨਿਰਧਾਰਤ। ਅਤੇ ਗੁਰਦਾਸਪੁਰ ਦੇ ਪਿੰਡ ਘੁਮਾਨ ਚੱਖਾਂ ਦੇ ਕੈਂਪ ਦੌਰਾਨ ਵਾਪਰੇ ਦੁਖਾਂਤ ਵਿੱਚ ਪੰਜਾਬ ਸਰਕਾਰ ਵੱਲੋਂ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ, ਸਿਹਤ ਕੈਂਪਾਂ ਤੇ ਵੀ ਪਾਬੰਦੀ ਦੇ ਲਾਏ ਹੁਕਮ। ਜੀ, ਬੁਲੇਟਿਨ ਦਾ ਆਗਾਜ਼ ਕਰਦੇ ਹਾਂ ਹੁਣ ਤੱਕ ਦੀ ਅਹਿਮ ਖਬਰ ਦੇ ਨਾਲ। ਬੀਤੇ ਦਿਨ ਜੰਮੂ ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੱਖੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ। ਉੱਤਰਾਖੰਡ ਦੇ ਵਿੱਚ ਅੱਜ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਅੱਤਵਾਦੀ ਹਮਲੇ ਨੂੰ ਭਾਰਤ ਦੇ ਲੋਕਤੰਤਰ ਤੇ ਹਮਲਾ ਕਰਾਰ ਦਿੱਤਾ। ਇੱਥੇ ਉਨ੍ਹਾਂ ਕਸ਼ਮੀਰ ਦੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਵੀ ਅਰਪਣ ਕੀਤੀ। ਆਪਣੇ ਸੰਬੋਧਨ ਦੇ ਵਿੱਚ ਮੋਦੀ ਨੇ ਕਿਹਾ, ਉਹ ਵਿਕਾਸ ਦੀ ਰਾਜਨੀਤੀ ਕਰਨ ਆਏ ਨੇ ਅਤੇ ਝਾਰਖੰਡ ਦੇ ਲੋਕਾਂ ਨੇ ਦਿੱਲੀ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਅਹਿਮ ਰੋਲ ਅਦਾ ਕੀਤਾ। ਕਸ਼ਮੀਰ ਮੈਂ ਆਤੰਕਵਾਦੀਓ ਨੇ ਭਾਰਤ ਕੇ ਲੋਕਤੰਤਰ ਪਰ ਹਮਲਾ ਕਰਨੇ ਕਾ ਨਿਰਲਜ ਪ੍ਰਯਾਸ ਕੀਆ ਔਰ ਭਾਰਤ ਮਾਂ ਕਾ ਲਾਲ ਇਸੀ ਝਾਰਖੰਡ ਕਾ ਸਪੂਤ ਸ਼੍ਰੀਮਾਨ ਸੰਕਲਪ ਕੁਮਾਰ ਸ਼ੁਕਲਾ ਜਿਨ੍ਹੋਂਨੇ ਦੇਸ਼ ਕੀ ਰੱਖਿਆ ਕੇ ਲਈ ਆਪਣਾ ਬਲੀਦਾਨ ਦਿਆ। ਸਭੀ ਜਵਾਨੋਂ ਕੇ ਪ੍ਰਤੀ, ਭਾਰਤ ਮਾਂ ਕੇ ਇਨ ਵੀਰ ਸਪੂਤੋਂ ਕੇ ਪ੍ਰਤੀ ਆਦਰ ਪੂਰਵਕ ਸ਼ਰਧਾਂਜਲੀ ਅਰਪਿਤ ਕਰਤਾ ਹੂੰ। ਤੇ ਬੀਤੇ ਦਿਨ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਹੋਏ 4 ਅੱਤਵਾਦੀ ਹਮਲਿਆਂ ਦੇ ਵਿੱਚ ਸੈਨਾ ਦੇ 8 ਜਵਾਨ ਅਤੇ 3 ਸੁਰੱਖਿਆ ਕਰਮੀ ਸ਼ਹੀਦ ਹੋਏ ਨੇ। ਬਾਰਾਬੁੰਲਾ ਦੇ ਉਰੀ ਇਲਾਕੇ ਦੇ ਵਿੱਚ ਸੈਨਾ ਦੇ ਇੱਕ ਕੈਂਪ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਸੀ, ਜਿਸ ਦੇ ਬਾਅਦ ਸੈਨਾ ਦੇ ਵੱਲੋਂ ਜਵਾਬੀ ਕਾਰਵਾਈ ਕਰਦੇ ਹੋਏ ਲਸ਼ਕਰ ਏ ਤੋਇਬਾ ਦਾ ਇੱਕ ਕਮਾਂਡਰ ਅਤੇ 6 ਹੋਰ ਅੱਤਵਾਦੀ ਮਾਰੇ ਗਏ ਨੇ। ਮਾਰੇ ਗਏ ਅੱਤਵਾਦੀਆਂ ਦੇ ਕੋਲੋਂ 6 AK ਰਾਈਫਲ, 55 ਮੈਗਜ਼ੀਨ, 2 ਸ਼ਾਟਗਨ, 4 ਰੇਡੀਓ ਸਹਿਤ 32 ਗ੍ਰੇਨੇਡ ਤੇ ਹੋਰ ਵੀ ਭਾਰੀ ਮਾਤਰਾ ਦੇ ਵਿੱਚ ਹਮਲੇ ਦਾ ਸਮਾਨ ਪਾਇਆ ਗਿਆ। ਹੈਰਾਨੀਜਨਕ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣਾਵੀ ਰੈਲੀ ਤੋਂ ਪਹਿਲਾਂ ਅੱਤਵਾਦੀ ਹਮਲਿਆਂ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਸ ਹਮਲੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੀ ਸਤਰਕ ਹੋ ਗਈਆਂ ਨੇ। ਉਧਰ ਸੈਨਾ ਪ੍ਰਮੁੱਖ ਜਨਰਲ ਦਲਬੀਰ ਸਿੰਘ ਸੁਹਾਗ ਨੇ ਮੋਦੀ ਦੇ ਨਾਲ ਮੁਲਾਕਾਤ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਮੋਦੀ ਦੇ ਵੱਲੋਂ ਕੱਲ੍ਹ ਦੇਰ ਸ਼ਾਮ ਟਵੀਟ ਕਰਕੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਤੇ ਦੇਸ਼ ਵਾਸੀਆਂ ਨੂੰ ਜਵਾਨਾਂ ਦੀ ਸ਼ਹਾਦਤ ਨੂੰ ਨਾ ਭੁੱਲਣ ਦੀ ਵੀ ਗੱਲ ਆਖੀ ਹੈ। ਤੇ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖਿਆ। ਉਪ ਮੁੱਖ ਮੰਤਰੀ ਨੇ ਅਪੀਲ ਕੀਤੀ ਹੈ ਕਿ ਪਿਛਲੇ ਕਰੀਬ 19 ਤੋਂ 24 ਸਾਲਾਂ ਤੋਂ ਲੈ ਕੇ ਪੰਜਾਬ ਦੇ ਬਾਹਰ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਸਿੱਖਾਂ ਦੀ ਤੁਰੰਤ ਰਿਹਾਈ ਦੇ ਬਾਰੇ ਵਿਚਾਰ ਕੀਤਾ ਜਾਵੇ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਗ੍ਰਹਿ ਮੰਤਰੀ ਨੂੰ ਲਿਖੇ ਪੱਤਰ ਦੇ ਵਿੱਚ ਕਿਹਾ ਕਿ ਸਾਰੇ ਸਿੱਖ ਕੈਦੀ ਜਿਨ੍ਹਾਂ ਨੇ 20 ਸਾਲ ਤੋਂ ਵੱਧ ਸਜ਼ਾ ਕੱਟ ਲਈ ਹੈ ਅਤੇ ਵੱਖ ਵੱਖ ਸੂਬਿਆਂ ਤੇ ਚੰਡੀਗੜ੍ਹ ਦੇ ਵਿੱਚ ਜੇਲ੍ਹਾਂ ਵਿੱਚ ਬੰਦ ਨੇ, ਉਨ੍ਹਾਂ ਨੂੰ ਰਿਹਾਅ ਕੀਤੇ ਜਾਣ ਤੇ ਵਿਚਾਰ ਕਰਨਾ ਚਾਹੀਦਾ।
ਸੁਖਬੀਰ ਬਾਦਲ ਨੇ ਕਿਹਾ ਕਿ ਇਹਨਾਂ ਦੇ ਵਿੱਚੋਂ ਕੁਝ ਕੈਦੀ ਅਜਿਹੇ ਵੀ ਨੇ ਜਿਨ੍ਹਾਂ ਦੀ ਉਮਰ 70 ਸਾਲ ਤੋਂ ਵੀ ਪਾਰ ਹੋ ਗਈ ਹੈ। ਉਹਨਾਂ ਦੇ ਕੇਸਾਂ ਨੂੰ ਮਨੁੱਖਤਾ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ। ਉਹਨਾਂ ਇਸ ਸੰਬੰਧੀ ਕੁਝ ਬੰਦੀ ਸਿੱਖਾਂ ਦੇ ਨਾਮ ਵੀ ਨਸ਼ਰ ਕੀਤੇ ਨੇ ਜਿਹੜੇ ਸਜ਼ਾ ਪੂਰੀ ਹੋਣ ਤੇ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ ਅਤੇ ਰਿਹਾਈ ਦੀ ਉਡੀਕ ਕਰ ਰਹੇ ਨੇ। ਤੇ ਪੰਜਾਬ ਦੇ ਵਿੱਚ ਵਪਾਰੀਆਂ ਦੀ ਡੁੱਬਦੀ ਬੇੜੀ ਨੂੰ ਪਾਰ ਲਗਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ, ਜਿਸ ਦੇ ਚੱਲਦਿਆਂ ਪਟਿਆਲਾ ਵਿਖੇ ਪੰਜਾਬ ਵਪਾਰੀ ਮੰਡਲ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਐਨਕੇ ਸ਼ਰਮਾ ਨੇ ਵਪਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਚਾਹੇ ਵਪਾਰੀ ਛੋਟਾ ਹੋਵੇ ਜਾਂ ਵੱਡਾ, ਉਸ ਤੇ ਟੈਕਸ ਨਹੀਂ ਲਗਾਇਆ ਜਾਵੇਗਾ, ਬਲਕਿ ਵਪਾਰੀ ਨੂੰ ਸਾਲ ਦੇ ਵਿੱਚ ਇੱਕ ਹੀ ਵਾਰ ਆਪਣੀ ਆਮਦਨ ਦੇ ਹਿਸਾਬ ਦੇ ਨਾਲ ਪੈਸੇ ਭਰਨੇ ਪੈਣਗੇ ਤੇ ਉਨ੍ਹਾਂ ਵਪਾਰੀਆਂ ਨੂੰ ਆਉਂਦੀਆਂ ਮੁਸ਼ਕਲਾਂ ਨੂੰ ਵੀ ਜਲਦ ਹੱਲ ਕਰਨ ਦਾ ਭਰੋਸਾ ਦਵਾਇਆ। ਮਾਨਯੋਗ ਡਿਪਟੀ ਸੀ ਐਮ ਸਾਹਿਬ ਨੇ ਸਾਡੀ ਡਿਊਟੀ ਲਾਈ ਹੈ ਕਿ ਹਰ ਜ਼ਿਲ੍ਹਾ ਹੈੱਡਕੁਆਟਰ 'ਤੇ ਅਸੀਂ ਜਾਈਏ, ਉੱਥੇ ਸਾਰੇ ਵਪਾਰੀਆਂ ਦੀ ਪ੍ਰੋਬਲਮਾਂ ਸੁਣੀ, ਹਰੇਕ ਵਪਾਰੀ ਦੀ ਅਸੀਂ ਅਲੱਗ ਅਲੱਗ ਪ੍ਰੋਬਲਮਾਂ ਸੁਣ ਰਹੇ ਹਾਂ ਔਰ ਇਹਨਾਂ ਮੀਟਿੰਗਾਂ ਦੇ ਦੌਰਾਨ ਜਿਹੜੀ ਚੀਜ਼ਾਂ ਸਾਡੇ ਸਾਹਮਣੇ ਆ ਰਹੀਆਂ ਜਿੱਥੇ ਕਾਨੂੰਨ ਬਦਲਣ ਦੀ ਲੋੜ ਆ, ਅਸੀਂ ਮਾਨਯੋਗ ਡਿਪਟੀ ਸੀ ਐਮ ਔਰ ਸੀ ਐਮ ਸਾਹਿਬ ਨੂੰ ਬੇਨਤੀ ਕਰਕੇ ਕਾਨੂੰਨਾਂ 'ਚ ਜਿਹੜੀ ਸੋਧ ਕਰਵਾਵਾਂਗੇ, ਜਿੱਥੇ ਕੋਈ ਇੰਪਲੀਮੈਂਟੇਸ਼ਨ 'ਚ ਪ੍ਰੋਬਲਮ ਆ ਰਹੀ ਆ ਉਹਨੂੰ ਇੰਪਲੀਮੈਂਟ ਕਰਾਵਾਂਗੇ। ਇੰਨੀ ਸਾਡੀ ਸੋਚ ਆ ਪੰਜਾਬ ਸਰਕਾਰ ਦੀ ਕਿ ਅਸੀਂ ਕਰਪਸ਼ਨ ਫਰੀ, ਇੰਸਪੈਕਟਰੀ ਰਾਜ ਫਰੀ ਜਿਹੜਾ ਵਾਤਾਵਰਨ ਪੰਜਾਬ 'ਚ ਦੇਣਾ, ਜਿਸ ਦੇ ਤਹਿਤ ਇਹ ਮੀਟਿੰਗ ਹੈ। ਇੱਥੇ ਐਨ ਕੇ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਰੇਤਾ ਬਜਰੀ ਦੀਆਂ ਕੀਮਤਾਂ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿੱਚ ਰੇਤਾ 8 ਰੁਪਏ ਪ੍ਰਤੀ ਫੁੱਟ ਵੇਚਿਆ ਜਾਵੇਗਾ। ਇਸੇ ਤਰ੍ਹਾਂ ਖੱਡਾਂ ਤੋਂ ਦੂਰੀ ਦੇ ਮਾਮਲੇ ਦੇ ਵਿੱਚ ਰੇਤਾ ਬਜਰੀ ਦੀ ਹੋਣ ਵਾਲੀ ਵਿਕਰੀ ਦੇ ਲਈ ਟਰਾਂਸਪੋਰਟ ਦਾ ਕਿਲੋਮੀਟਰ ਮੁਤਾਬਕ ਖਰਚਾ ਤੈਅ ਕੀਤਾ ਗਿਆ। ਸਾਡੀ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਅੰਦਰ ਕੋਈ ਵੀ ਮਾਈਨਿੰਗ ਦੀ ਆਪਸ਼ਨ ਨਹੀਂ ਹੋਏਗੀ, ਸਰਕਾਰ PSIC ਜਿਹੜੀ ਆਪ ਚਲਾਏਗੀ ਔਰ ਟਰਾਂਸਪੋਰਟ ਦਾ ਵੀ ਅਸੀਂ ਇੰਤਜ਼ਾਮ ਕਰ ਰਹੇ ਹਾਂ ਪਰ ਕਿਲੋਮੀਟਰ ਹਰ ਮਾਰਕੀਟ ਕਮੇਟੀ ਅਤੇ ਮੰਡੀ ਬੋਰਡ ਦੇ ਦਫ਼ਤਰ 'ਚ, ਕਿਉਂਕਿ ਅਜੇ ਸਾਨੂੰ ਤਕਰੀਬਨ 8 ਕੁ ਮਾਈਨਿੰਗ ਦੀ ਪਰਮਿਸ਼ਨ ਆ ਗਈਆਂ ਜਿਹੜੀ ਅਸੀਂ ਚਾਲੂ ਕਰਤੀਆਂ, 35-36 ਅੰਡਰ ਪ੍ਰੋਸੈਸ ਆ ਜਿਹੜੀ ਵਿਦਇਨ 1 ਮੰਥ ਸਟਾਰਟ ਹੋ ਜਾਣੀ। ਉਹਦੇ ਨਾਲ ਦੋ ਚੀਜ਼ਾਂ ਅਸੀਂ ਫਿਕਸ ਕੀਤੀਆਂ, ਜਿਹੜਾ ਮਾਈਨਿੰਗ ਦਾ ਰੇਟ ਆ ਔਨ ਸਾਈਟ ਅਸੀਂ 8 ਰੁਪਈਏ ਜਿਹੜਾ ਫੁੱਟ ਹੈਗਾ ਉਹਦੇ ਹਿਸਾਬ ਨਾਲ ਅਸੀਂ ਫਿਕਸ ਕਰ ਰਿਹਾ, ਬਾਕੀ ਜਿੰਨੀ ਟਰਾਂਸਪੋਰਟੇਸ਼ਨ ਕੋਸਟ ਆਉਣੀ ਆ ਉਹਦਾ ਵੀ ਅਸੀਂ ਟੈਂਡਰਿੰਗ ਕਰਕੇ ਯੂਨੀਅਨਾਂ ਤੋਂ ਰੇਟ ਲੈ ਕੇ ਰੇਟ ਫਿਕਸ ਕਰਤੇ ਵੀ ਇੰਨੇ ਕਿਲੋਮੀਟਰ ਦਾ ਇੰਨੇ ਪੈਸੇ ਹੈਗੇ, ਤਾਂ ਕਿ ਆਮ ਆਦਮੀ ਨੂੰ ਰੇਤਾ ਬਜਰੀ ਜਿਹੜੀ ਮਹਿੰਗੀ ਨਾ ਪਏ ਉਹ ਵੀ ਮਸਲਾ। ਜੀ ਹੁਣ ਗੱਲ ਕਰਦੇ ਹਾਂ ਅਗਲੀ ਖਬਰ ਦੀ। ਬੀਤੇ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਉੱਘੇ ਵਪਾਰੀ ਦੇ ਘਰੋਂ ਇਨਕਮ ਟੈਕਸ ਦੇ ਅਧਿਕਾਰੀ ਬਣ ਕੇ ਲੱਖਾਂ ਰੁਪਏ ਲੁੱਟਣ ਵਾਲੇ ਲੁਟੇਰਾ ਗਰੋਹ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਗਰੋਹ ਦੇ 9 ਮੈਂਬਰਾਂ ਦੀ ਪਹਿਚਾਣ ਜਰਨੈਲ ਸਿੰਘ, ਹਰਿੰਦਰ ਸਿੰਘ, ਸਤਨਾਮ ਸਿੰਘ, ਜਗਤਾਰ ਸਿੰਘ, ਸਰਬਜੀਤ ਸਿੰਘ, ਰਜਿੰਦਰ ਸਿੰਘ, ਛੈਂਬਰ ਸਿੰਘ, ਯੋਗਰਾਜ ਸਿੰਘ ਅਤੇ ਸੁਖਵਿੰਦਰਪਾਲ ਸਿੰਘ ਦੇ ਵਜੋਂ ਹੋਈ ਹੈ। ਪੁਲਿਸ ਦੇ ਮੁਤਾਬਕ ਵਾਰਦਾਤ ਦੇ ਸਮੇਂ ਜਰਨੈਲ ਸਿੰਘ ਪੁਲਿਸ ਕਰਮਚਾਰੀ ਬਣਿਆ ਹੋਇਆ ਸੀ, ਜਦੋਂ ਕਿ ਹਰਿੰਦਰ ਸਿੰਘ ਇਨਕਮ ਟੈਕਸ ਇੰਸਪੈਕਟਰ ਬਣਿਆ ਹੋਇਆ ਸੀ। ਇਹਨਾਂ ਦੋਸ਼ੀਆਂ ਦੇ ਪਾਸੋਂ ਇੱਕ ਰਿਵਾਲਵਰ, 32 ਬੋਰ, 6 ਜਿੰਦਾ ਕਾਰਤੂਸ, ਇੱਕ ਨਕਲੀ ਪਿਸਤੌਲ, ਪੁਲਿਸ ਦੀ ਵਰਦੀ, 5,30,000 ਰੁਪਏ ਨਕਦ ਅਤੇ ਵਾਰਦਾਤ ਦੇ ਸਮੇਂ ਵਰਤੀ ਗਈ ਇਨੋਵਾ ਗੱਡੀ ਵੀ ਬਰਾਮਦ ਕਰ ਲਈ ਗਈ ਹੈ। ਜੀ ਉਧਰ ਹਰਿਆਣਾ ਦੇ ਰੋਹਤਕ ਦੇ ਵਿੱਚ ਦੋ ਭੈਣਾਂ ਵੱਲੋਂ ਮਨਚਲੇ ਨੌਜਵਾਨਾਂ ਦੀ ਕੁੱਟਮਾਰ ਮਾਮਲੇ ਦੇ ਵਿੱਚ ਦਿਨ ਬ ਦਿਨ ਨਵਾਂ ਮੋੜ ਆ ਰਿਹਾ। ਬੀਤੇ ਦਿਨੀ ਹਰਿਆਣਾ ਸਰਕਾਰ ਨੇ ਦੋਹਾਂ ਭੈਣਾਂ ਨੂੰ 26 ਜਨਵਰੀ ਤੇ ਸਨਮਾਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਸਰਕਾਰ ਦਾ ਤਰਕ ਸੀ ਕਿ ਮਾਮਲੇ ਦੀ ਜਾਂਚ ਪੂਰੀ ਹੋਣ ਤੱਕ ਫੈਸਲੇ ਨੂੰ ਟਾਲ ਦਿੱਤਾ ਗਿਆ, ਪਰ ਹੁਣ ਹਰਿਆਣਾ ਮਹਿਲਾ ਕਮਿਸ਼ਨ ਇਹਨਾਂ ਦੋਹਾਂ ਭੈਣਾਂ ਦੀ ਪਿੱਠ ਤੇ ਆਇਆ। ਮਹਿਲਾ ਕਮਿਸ਼ਨ ਨੇ
ਆਰਤੀ ਅਤੇ ਪੂਜਾ ਨਾਂ ਦੀਆਂ ਇਹਨਾਂ ਦੋਹਾਂ ਭੈਣਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਕਮਿਸ਼ਨ ਦੀ ਵਾਈਸ ਚੇਅਰਪਰਸਨ ਸੁਮਨ ਦਾਹੀਆ ਨੇ ਸ਼ੁੱਕਰਵਾਰ ਕਿਹਾ ਕਿ ਜੇਕਰ ਪੁਲਿਸ ਇਸ ਕੇਸ ਦੇ ਵਿੱਚ ਪੜਤਾਲ ਕਰਨ ਦੇ ਵਿੱਚ ਢਿੱਲਮੱਠ ਵਰਤਦੀ ਹੈ ਤਾਂ ਮਹਿਲਾ ਕਮਿਸ਼ਨ ਆਪਣੇ ਤੌਰ ਤੇ ਕੇਸ ਦੀ ਜਾਂਚ ਕਰੇਗਾ। ਗੱਲ ਕਰਦੇ ਹਾਂ ਅਗਲੀ ਖਬਰ ਦੀ। ਭਾਈ ਵੀਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਚੰਡੀਗੜ੍ਹ ਦੇ ਵਿਖੇ ਗੁਰੂ ਗੋਬਿੰਦ ਸਿੰਘ ਸਰਕਲ ਟ੍ਰਾਈਸਿਟੀ ਜ਼ੋਨ ਦੇ ਪ੍ਰਧਾਨ ਜਗਜੀਤ ਸਿੰਘ ਅਤੇ ਇੰਦਰਜੀਤ ਸਿੰਘ ਦੀ ਅਗਵਾਈ ਦੇ ਹੇਠ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਖ ਵੱਖ ਸੰਸਥਾਵਾਂ ਤੇ ਸਕੂਲੀ ਬੱਚਿਆਂ ਤੇ ਹੋਰ ਉੱਘੀਆਂ ਸ਼ਖਸੀਅਤਾਂ ਦੇ ਵੱਲੋਂ ਸ਼ਿਰਕਤ ਵੀ ਕੀਤੀ ਗਈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਜਨਮ ਦਿਵਸ ਅਸੀਂ ਹਰ ਸਾਲ ਮਨਾਉਂਦੇ ਹਾਂ ਔਰ ਅੱਜ ਹੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਇਹ 6 ਡਿਫਰੈਂਟ ਜਗ੍ਹਾ 'ਤੇ ਮਨਾਇਆ ਜਾ ਰਿਹਾ, ਸ਼ਾਮੀ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ, ਇਸ ਵੇਲੇ ਮੌਜੂਦਾ ਸੰਗਰੂਰ ਅਤੇ ਫਰੀਦਕੋਟ ਵਿੱਚ ਮਨਾਇਆ ਜਾ ਰਿਹਾ, 6 ਜਗ੍ਹਾ 'ਤੇ ਕੁੱਲ ਮਨਾਇਆ ਜਾ ਰਿਹਾ। ਤੋ ਕੇਵਲ ਇੱਕੋ ਹੀ ਚੀਜ਼ ਅਸੀਂ ਚਾਹੁੰਦੇ ਹਾਂ ਕਿ ਐਸੇ ਮਹਾਨ ਸੰਤ ਕਵੀ ਨੂੰ ਯਾਦ ਕਰਕੇ ਅਗਲੀ ਜਨਰੇਸ਼ਨ ਨੂੰ ਦੱਸਿਆ ਜਾਏ ਕਿ ਕਿਹੋ ਜਿਹੇ ਕਵੀ, ਕਿਹੋ ਜਿਹੇ ਗੁਰਮੁਖ ਸੱਜਣ ਹੁੰਦੇ ਨੇ, ਜਦੋਂ ਉਹਨਾਂ ਦੀ ਕਲਮ ਚੱਲਦੀ ਹੈ ਤਾਂ ਉਹਨਾਂ ਦੇ ਵਿੱਚੋਂ ਪਰਮਾਰਥ ਦਾ ਗਿਆਨ ਹੁੰਦਾ ਜੀ। ਉੱਧਰ ਧੰਨ ਧੰਨ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਬੀਤੇ ਦਿਨੀ ਮੁਹਾਲੀ ਦੇ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਬਚਨਾਂ ਦੇ ਸਦਕਾ ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੀ ਯਾਦ ਦੇ ਵਿੱਚ ਸਮੂਹ ਮਾਨਵਤਾ ਦੇ ਭਲੇ ਲਈ ਵਿਸ਼ਾਲ ਖੂਨਦਾਨ ਕੈਂਪ ਦਾ ਵੀ ਆਯੋਜਨ ਕੀਤਾ ਗਿਆ ਅਤੇ ਕਰੀਬ 900 ਯੂਨਿਟ ਖੂਨ ਇਕੱਤਰ ਕੀਤਾ ਗਿਆ। ਸਮਾਗਮ ਦੇ ਵਿੱਚ ਚੜ੍ਹਦੀ ਕਲਾ ਟਾਈਮ ਟੀਵੀ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ ਜੀ ਉਚੇਚੇ ਤੌਰ ਤੇ ਪਹੁੰਚੇ ਅਤੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈ, ਜਿਨ੍ਹਾਂ ਨੂੰ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਪ੍ਰਧਾਨ ਸਰਦਾਰ ਪ੍ਰੇਮ ਸਿੰਘ ਦੇ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸੋਹਾਣਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦਾ 259ਵਾਂ ਜਨਮ ਦਿਹਾੜਾ ਮਨਾਇਆ ਗਿਆ, ਜੋ ਹਰ ਸਾਲ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਵੀ ਅੱਗੇ ਨਾਲੋਂ ਵੀ ਵੱਧ ਚੜ੍ਹ ਕੇ ਸੰਗਤਾਂ ਨੇ ਇਹਦੇ ਵਿੱਚ ਹਿੱਸਾ ਲਿਆ ਅਤੇ ਬਹੁਤ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਗੁਰੂ ਸਾਹਿਬ ਤੋਂ ਸੰਗਤਾਂ ਨੇ। ਇਸ ਅਸਥਾਨ 'ਤੇ ਅੱਜ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ, ਧੰਨ ਧੰਨ ਅਮਰ ਸ਼ਹੀਦ, ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਸਮੂਹ ਸੰਗਤਾਂ ਨੇ ਬੜੀ ਸ਼ਰਧਾ ਅਤੇ ਭਾਵਨਾ ਸਹਿਤ ਮਨਾਇਆ ਹੈ। ਇਹ ਉਹ ਸਥਾਨ ਹੈ ਜਿੱਥੇ ਸਿੰਘ ਸ਼ਹੀਦਾਂ ਦਾ
ਇਸ ਧਰਤੀ 'ਤੇ ਖੂਨ ਡੁੱਲਿਆ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਅਕਾਲੀ ਫੁਲਾ ਸਿੰਘ ਦੀ ਰਹਿਨੁਮਾਈ ਤੋਂ ਬਾਅਦ ਇਸ ਜਥੇ ਨੇ ਸ਼ਾਮ ਸਿੰਘ ਅਟਾਰੀ ਸਰਦਾਰ ਦੇ ਨਾਲ ਰਲ ਕੇ ਅੰਗਰੇਜ਼ਾਂ ਦੇ ਖਿਲਾਫ ਮੁਦਕੀ ਅਤੇ ਫੇਰੂ ਦੇ ਦੋ ਜੰਗ ਲੜੇ। ਉਸ ਤੋਂ ਬਾਅਦ ਇਹ ਸਿੰਘ ਪਟਿਆਲੇ ਹੁੰਦੇ ਹੋਏ ਅੰਗਰੇਜ਼ ਉਹਨਾਂ ਦਾ ਪਿੱਛਾ ਕਰਦਾ, ਇਸ ਜਗ੍ਹਾ 'ਤੇ ਸਿੰਘਾਂ ਦੀ ਸ਼ਹੀਦੀ ਹੈ। ਜੀ ਅਗਲੀ ਖਬਰ ਖੇਡ ਮੈਦਾਨ ਤੋਂ ਹੈ। ਏਸ਼ੀਆਈ ਖੇਡਾਂ ਦੇ ਵਿੱਚ ਤਗਮਾ ਜੇਤੂ ਭਾਰਤ ਦੀ ਹਾਕੀ ਟੀਮ ਚੈਂਪੀਅਨਸ ਟਰਾਫੀ ਦੇ ਵਿੱਚ ਆਪਣਾ ਖਾਤਾ ਖੋਲ੍ਹਣ ਦੇ ਲਈ ਉਤਰੇਗੀ। ਪਿੱਛੇ ਜੇ ਵਿਸ਼ਵ ਨੰਬਰ 1 ਆਸਟ੍ਰੇਲੀਆ ਨੂੰ ਪਛਾੜਨ ਤੋਂ ਬਾਅਦ ਭਾਰਤੀ ਹਾਕੀ ਟੀਮ ਕਪਤਾਨ ਸਰਦਾਰਾ ਸਿੰਘ ਦੀ ਅਗਵਾਈ ਦੇ ਵਿੱਚ ਨਵੇਂ ਜੋਸ਼ ਦੇ ਵਿੱਚ ਵਿਖਾਈ ਦੇ ਰਹੀ ਹੈ। ਭੁਵਨੇਸ਼ਵਰ ਵਿਖੇ ਭਾਰਤ ਦਾ ਗਰੁੱਪ ਬੀ ਦੇ ਤਹਿਤ ਪਹਿਲਾ ਮੁਕਾਬਲਾ ਜਰਮਨੀ ਦੀ ਟੀਮ ਦੇ ਨਾਲ ਹੋਵੇਗਾ। 14 ਦਸੰਬਰ ਤੱਕ ਚੱਲਣ ਵਾਲੇ ਚੈਂਪੀਅਨਸ ਟਰਾਫੀ ਮੁਕਾਬਲਿਆਂ ਦੇ ਲਈ ਭਾਰਤ ਦੇ ਸਮੇਤ 8 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਨੇ। ਫਾਰਮ ਵਿੱਚ ਚੱਲ ਰਹੇ ਭਾਰਤੀ ਹਾਕੀ ਖਿਡਾਰੀ ਬਿਹਤਰੀਨ ਪ੍ਰਦਰਸ਼ਨ ਕਰਨ ਦੇ ਲਈ ਮੈਦਾਨ ਵਿੱਚ ਉਤਰਨਗੇ। ਭਾਰਤ 32 ਸਾਲ ਦੇ ਬਾਅਦ ਚੈਂਪੀਅਨਸ ਟਰਾਫੀ ਦੇ ਵਿੱਚ ਤਗਮੇ ਦੀ ਆਸ ਲਗਾਈ ਬੈਠਾ ਅਤੇ ਭਾਰਤੀ ਹਾਕੀ ਪ੍ਰੇਮੀ ਵੀ ਖਿਡਾਰੀਆਂ ਦੀ ਮੌਜੂਦਾ ਫਾਰਮ ਨੂੰ ਲੈ ਕੇ ਉਤਸ਼ਾਹਿਤ ਨੇ। ਜ਼ਿਕਰੇ ਖਾਸ ਹੈ ਕਿ 1978 ਤੋਂ ਇਸ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਸੀ ਅਤੇ ਆਸਟ੍ਰੇਲੀਆ ਪਿਛਲੇ 5 ਵਾਰ ਤੋਂ ਲਗਾਤਾਰ ਚੈਂਪੀਅਨ ਚੱਲਿਆ ਆ ਰਿਹਾ। ਸੋ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ, ਪਰ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਪਾਵਾਂਗੇ ਹੁਣ ਤੱਕ ਦੀਆਂ ਸੁਰਖੀਆਂ ਉੱਤੇ। ਝਾਰਖੰਡ ਚੋਣ ਰੈਲੀ 'ਚ ਪੀਐਮ ਮੋਦੀ ਦਾ ਭਾਸ਼ਣ, ਜੰਮੂ ਕਸ਼ਮੀਰ ਅੱਤਵਾਦੀ ਹਮਲੇ ਦੀ ਕਰੜੇ ਸ਼ਬਦਾਂ 'ਚ ਕੀਤੀ ਨਿੰਦਾ, ਕਿਹਾ ਕਸ਼ਮੀਰ 'ਤੇ ਹਮਲਾ ਭਾਰਤ ਦੇ ਲੋਕਤੰਤਰ 'ਤੇ ਹਮਲਾ। ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਦੇ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਿਖਿਆ ਪੱਤਰ, ਸਿੱਖਾਂ ਦੀ ਤੁਰੰਤ ਰਿਹਾਈ ਦੇ ਬਾਰੇ ਵਿਚਾਰ ਕਰਨ ਦੀ ਕੀਤੀ ਮੰਗ। ਪੰਜਾਬ ਸਰਕਾਰ ਰੇਤਾ ਬਜਰੀ ਦੀਆਂ ਕੀਮਤਾਂ 'ਤੇ ਕਾਬੂ ਪਾਉਣ ਦੇ ਲਈ ਵਚਨਬੱਧ, 8 ਰੁਪਏ ਪ੍ਰਤੀ ਫੁੱਟ ਵੇਚਿਆ ਜਾਵੇਗਾ ਰੇਤਾ, ਟਰਾਂਸਪੋਰਟ ਕੀਮਤਾਂ ਵੀ ਨਿਰਧਾਰਿਤ। ਅਤੇ ਗੁਰਦਾਸਪੁਰ ਦੇ ਪਿੰਡ ਕੁਮਾਨ ਚੱਖਾਂ ਦੇ ਕੈਂਪ ਦੌਰਾਨ ਵਾਪਰੇ ਦੁਖਾਂਤ ਵਿੱਚ ਪੰਜਾਬ ਸਰਕਾਰ ਵੱਲੋਂ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ, ਸਿਹਤ ਕੈਂਪਾਂ 'ਤੇ ਵੀ ਪਾਬੰਦੀ ਦੇ ਲਾਏ ਹੁਕਮ। ਸੋ ਪੰਜਾਬੀ ਖਬਰਾਂ ਦਾ ਸਿਲਸਿਲਾ ਇੱਥੇ ਖਤਮ ਕਰਦੇ ਹਾਂ। ਕੁਝ ਹੋਰ ਖਬਰਾਂ ਲੈ ਕੇ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਤੁਸੀਂ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ।